ਜਿਹੜਾ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਰੋਡ ਜਾਂਦਾ ਹੈ, ਉਸ ਰੋਡ ਤੋਂ ਲਗਭਗ ਕਿਲੋਮੀਟਰ ਦੇ ਡਿਸਟੈਂਸ 'ਤੇ ਇੱਕ ਮੈਂ ਤੁਹਾਨੂੰ ਪ੍ਰੋਪਰਟੀ ਦਿਖਾਉਣਾ ਆ। ਆਹ ਤੁਸੀਂ ਦੇਖ ਸਕਦੇ ਹੋ, ਐਂਟਰ ਕਰਦੇ ਹੀ ਆਹ ਪੋਰਚ ਵਾਲਾ ਏਰੀਆ, ਆਹ ਛੋਟੀ ਗੱਡੀ ਲੱਗੀ ਹੈ, ਇੱਥੇ ਵੱਡੀ ਗੱਡੀ ਵੀ ਜਿਹੜੀ ਪਾਰਕ ਕੀਤੀ ਜਾ ਸਕਦੀ ਹੈ। ਜਿਹੜਾ ਹੈਗਾ ਲੋਬੀ ਵਾਲਾ ਏਰੀਆ ਕਾਫੀ ਵਾਈਡ ਹੈ, ਪਲੱਸ ਮਾਈਨਸ ਦੀ ਜਿਹੜੀ ਉੱਪਰ ਜਿਹੜੀ ਡਾਊਨ ਸੀਲਿੰਗ ਦਾ ਜਿਹੜਾ ਥੋੜ੍ਹਾ ਕੰਮ ਹਟਾਇਆ ਕੀਤਾ ਗਿਆ, 11x12 ਦੀ ਡਾਇਮੈਂਸ਼ਨ ਦਾ ਇਹ ਜਿਹੜਾ ਕਾਫੀ ਸਪੇਸੀਅਸ ਜਿਹੜਾ ਡਰਾਇੰਗ ਰੂਮ ਹੈ। ਆਹ ਹੈ ਫਸਟ ਬੈਡਰੂਮ ਜਿਹੜਾ ਲਗਭਗ 12x11 ਦੀ ਡਾਇਮੈਂਸ਼ਨ ਦੇ ਨਾਲ ਜਿਹੜਾ ਇਹ ਬਣਾਇਆ ਹੋਇਆ, ਨਾਲ ਜਿਹੜਾ ਲੋਬੀ ਦੇ ਵਿੱਚੋਂ ਹੀ ਜਿਹੜਾ ਕੋਮਨ ਵਾਸ਼ਰੂਮ ਦਿੱਤਾ ਗਿਆ, ਕਾਫੀ ਵਾਈਡ ਹੈ ਕੋਮਨ ਵਾਸ਼ਰੂਮ। ਹਾਏ ਦੋਸਤੋ, ਮੈਂ ਦੀਪਕ ਰਾਣਾ, ਡੀ ਕੇ ਪ੍ਰੋਪਰਟੀ ਐਂਡ ਕੰਸਟਰਕਸ਼ਨ ਦੇ ਚੈਨਲ 'ਤੇ ਤੁਹਾਡੇ ਨਾਲ ਅੱਜ ਰੂਬਰੂ ਹਾਂ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹੁਸ਼ਿਆਰਪੁਰ ਦੇ ਵਿੱਚ। ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਰੋਡ ਜਾਂਦਾ ਹੈ, ਉਸ ਰੋਡ ਤੋਂ ਲਗਭਗ ਕਿਲੋਮੀਟਰ ਦੇ ਡਿਸਟੈਂਸ 'ਤੇ ਇੱਕ ਮੈਂ ਤੁਹਾਨੂੰ ਪ੍ਰੋਪਰਟੀ ਦਿਖਾਉਣਾ ਆ। ਇਹਦੀ ਡਾਇਮੈਂਸ਼ਨ 32x50 ਦੀ ਹੈ, ਔਰ ਇਹ ਜਿਹੜੀ ਲੋਕੈਲਿਟੀ ਹੈ ਲਗਭਗ 2 ਕਿਲੋਮੀਟਰ ਹੁਸ਼ਿਆਰਪੁਰ ਤੋਂ ਹੈ, ਔਰ ਮੇਨ ਚੰਡੀਗੜ੍ਹ ਰੋਡ ਤੋਂ ਕਿਲੋਮੀਟਰ ਦਾ ਡਿਸਟੈਂਸ ਹੈ। ਈਸਟ ਫੇਸਿੰਗ ਇਹ ਪ੍ਰੋਪਰਟੀ ਹੈ, 3 BHK ਪ੍ਰੋਪਰਟੀ ਹੈ, ਫਸਟ ਫਲੋਰ 'ਤੇ ਵੀ ਔਰ ਜਿਹੜਾ ਗਰਾਊਂਡ ਫਲੋਰ 'ਤੇ ਵੀ ਕਿਚਨ ਜਿਹੜੀ ਓਨਰ ਵੱਲੋਂ ਦਿੱਤੀ ਗਈ ਹੈ। ਅੰਦਰ ਦੀ ਮੈਂ ਜਿਹੜੀ ਸਿਚੁਏਸ਼ਨ ਆਹ ਮੈਂ ਤੁਹਾਨੂੰ ਦਿਖਾਵਾਂ। ਆਹ ਤੁਸੀਂ ਦੇਖ ਸਕਦੇ ਹੋ, ਐਂਟਰ ਕਰਦੇ ਹੀ ਆਹ ਪੋਰਚ ਵਾਲਾ ਏਰੀਆ, ਆਹ ਛੋਟੀ ਗੱਡੀ ਲੱਗੀ ਹੈ, ਇੱਥੇ ਵੱਡੀ ਗੱਡੀ ਵੀ ਜਿਹੜੀ ਪਾਰਕ ਕੀਤੀ ਜਾ ਸਕਦੀ ਹੈ। ਔਰ ਐਂਟਰ ਕਰਦੇ ਹਾਂ ਰਾਈਟ ਸਾਈਡ, ਲੈਫਟ ਸਾਈਡ ਨੂੰ 2-wheeler ਵਗੈਰਾ ਇੱਥੇ ਪਾਰਕ ਕੀਤੇ ਜਾ ਸਕਦੇ ਆ, ਔਰ ਨਾਲ ਜਿਹੜਾ ਵਾਸ਼ਰੂਮ ਆਊਟਸਾਈਡ ਵੀ ਦਿੱਤਾ, ਤੁਸੀਂ ਦੇਖ ਸਕਦੇ ਹੋ। ਆ ਡਰਾਇੰਗ ਰੂਮ ਨੂੰ ਜਿਹੜਾ ਆਊਟਸਾਈਡ ਤੋਂ ਵੀ ਜਿਹੜਾ ਐਂਟਰੈਂਸ ਦਿੱਤਾ ਹੈ, ਔਰ ਮੇਨ ਐਂਟਰੈਂਸ 'ਚ ਤੁਹਾਨੂੰ ਲੈ ਕੇ ਚੱਲਾਂ। ਵਧੀਆ ਲੱਕੜੀ ਦਾ ਜਿਹੜਾ ਇੱਥੇ ਕੰਮ ਹੋਇਆ, ਇਹ ਮੈਸ਼ ਡੋਰ ਦਿੱਤੇ ਹੈ ਜਾਲੀ ਵਾਲੇ, ਔਰ ਜਿਹੜੇ ਮੇਨ ਡੋਰ ਵੀ ਹੈ ਉਹ ਵੀ ਪ੍ਰੋਪਰ ਲੱਕੜ ਦੇ ਜਿਹੜੇ ਡੋਰ ਹੈ, ਕੱਪਬੋਰਡ ਦੂਸਰੇ ਬੋਰਡ ਜਿਹੜੇ ਫਲੱਸ਼ ਡੋਰ ਹੈ ਉਹ ਨਹੀਂ ਹੈ, ਪ੍ਰੋਪਰ ਪੋਲਿਸ਼ ਇਹਨਾਂ ਉੱਪਰ ਹੋਇਆ। ਐਂਟਰ ਕਰਦੇ ਹਾਂ ਰਾਈਟ ਸਾਈਡ ਨੂੰ, ਜਿਹੜਾ ਓਪਨ ਹੀ ਕਿਚਨ ਦਿੱਤੀ ਗਈ ਹੈ, ਕੱਪਬੋਰਡ ਦਾ ਸਿਰਫ ਇਹਦੇ 'ਚ ਕੰਮ ਹੋਣ ਵਾਲਾ, ਬਾਕੀ ਐਲ ਟਾਈਪ ਇਹ ਕਿਚਨ ਹੈ, ਔਰ ਸਾਹਮਣੇ ਜਿਹੜਾ ਵਿਜੀਬਿਲਟੀ ਵਾਸਤੇ ਵਿੰਡੋ ਵਗੈਰਾ ਰੱਖੀ ਗਈ ਹੈ, ਜਿਹੜੀ ਸਾਹਮਣੇ ਗੇਟ ਨੂੰ ਇੱਥੋਂ ਵਿਜੀਬਿਲਟੀ ਬਣੀ ਰਹਿੰਦੀ ਹੈ। ਆਹ ਵਾਲਾ ਜਿਹੜਾ ਹੈਗਾ ਲੋਬੀ ਵਾਲਾ ਏਰੀਆ ਕਾਫੀ ਵਾਈਡ ਹੈ, ਪਲੱਸ ਮਾਈਨਸ ਦੀ ਜਿਹੜੀ ਉੱਪਰ ਜਿਹੜੀ ਡਾਊਨ ਸੀਲਿੰਗ ਦਾ ਜਿਹੜਾ ਥੋੜ੍ਹਾ ਕੰਮ ਹਟਾਇਆ ਕੀਤਾ ਗਿਆ, ਔਰ ਕਾਫੀ ਵਾਈਡ ਹੈ ਜਿਹੜੀ ਇਹ ਲੋਬੀ। ਆਹ ਦੇਖ ਸਕਦੇ ਹੋ ਡਰਾਇੰਗ ਰੂਮ ਜਿਹੜਾ ਲੈਫਟ ਸਾਈਡ, ਇਹ ਵੀ ਲਗਭਗ 11x12 ਦੀ ਡਾਇਮੈਂਸ਼ਨ ਦਾ ਇਹ ਜਿਹੜਾ ਕਾਫੀ ਸਪੇਸੀਅਸ ਜਿਹੜਾ ਡਰਾਇੰਗ ਰੂਮ ਹੈ। ਇਸ ਦੇ ਨਾਲ ਇੱਕ ਸਟੋਰ ਰੂਮ ਦਿੱਤਾ ਗਿਆ ਜਿਹੜਾ ਲਗਭਗ 12x5 ਦੀ ਡਾਇਮੈਂਸ਼ਨ ਦਾ ਇਹ ਜਿਹੜਾ ਸਟੋਰ ਰੂਮ ਹੈ, ਐਜ ਤੁਸੀਂ ਇਸਨੂੰ ਪੂਜਾ ਰੂਮ ਵੀ ਯੂਜ਼ ਕਰ ਸਕਦੇ ਹੋ, ਸਟੋਰ ਵੀ ਯੂਜ਼ ਕਰ ਸਕਦੇ ਹੋ। ਆਹ ਹੈ ਫਸਟ ਬੈਡਰੂਮ ਜਿਹੜਾ ਲਗਭਗ 12x11 ਦੀ ਡਾਇਮੈਂਸ਼ਨ ਦੇ ਨਾਲ ਜਿਹੜਾ ਇਹ ਬਣਾਇਆ ਹੈ, ਔਰ ਆਊਟਸਾਈਡ
ਜਿਹੜਾ ਬੈਕ ਸਾਈਡ ਨੂੰ ਬੈਕ ਯਾਰਡ ਦੇ ਵਿੱਚ OTS ਦਿੱਤਾ ਹੈ। ਕਾਫੀ ਵਾਈਡ ਜਿਹੜਾ ਹੈ OTS ਇੱਥੇ ਪ੍ਰੋਵਾਈਡ ਕਰਾਇਆ, ਵਾਸ਼ਰੂਮ ਏਰੀਆ ਵਗੈਰਾ ਇੱਥੇ ਦਿੱਤਾ ਗਿਆ ਪੂਰਾ। ਇਸ ਦੇ ਨਾਲ ਜਿਹੜਾ ਲੋਬੀ ਦੇ ਵਿੱਚੋਂ ਹੀ ਜਿਹੜਾ ਕੋਮਨ ਵਾਸ਼ਰੂਮ ਦਿੱਤਾ ਗਿਆ, ਕਾਫੀ ਵਾਈਡ ਹੈ ਕੋਮਨ ਵਾਸ਼ਰੂਮ। ਵੈਨਿਟੀ ਵਗੈਰਾ ਆਊਟਸਾਈਡ ਜਿਹੜੀ ਐਜ਼ ਇਟ ਇਜ਼ ਸਾਨੂੰ ਪ੍ਰੋਵਾਈਡ ਕਰਨਾ ਦਿੱਤੀ ਜਾਊਗੀ। ਔਰ ਜਿਹੜਾ ਸੈਕਿੰਡ ਬੈਡਰੂਮ, ਸੇਮ ਸਾਈਜ਼ ਦਾ ਜਿਹੜਾ ਇਹ ਸੈਕਿੰਡ ਬੈਡਰੂਮ ਹੈ, ਔਰ ਇਸ ਦੇ ਨਾਲ ਆ ਸਟੋਰ ਦੇ ਤੌਰ 'ਤੇ ਇਸਨੂੰ ਯੂਜ਼ ਕਰ ਰਹੇ, ਬਟ ਹੈ ਹੀ ਜਿਹੜਾ ਇੱਕ ਵਾਸ਼ਰੂਮ ਦਾ ਏਰੀਆ, ਇਸਨੂੰ ਐਜ਼ ਏ ਤੁਸੀਂ ਵਾਸ਼ਰੂਮ ਯੂਜ਼ ਕਰ ਸਕਦੇ ਹੋ। ਟੈਪ ਵਗੈਰਾ ਦੀ ਜਿਹੜੀ ਸਾਰੀ ਇੱਥੇ ਕਨੈਕਸ਼ਨ ਵਗੈਰਾ ਅਵੇਲੇਬਲ ਹਨ। ਮੈਂ ਤੁਹਾਨੂੰ ਅਪਸਟੇਅਰ ਲੈ ਕੇ ਚੱਲਾਂ। ਅਪਸਟੇਅਰ ਜਿਹੜੀ ਆਊਟਸਾਈਡ ਤੋਂ ਜਿਹੜੀ ਇੱਥੇ ਸਟੇਅਰ ਦਿੱਤੀ ਗਈ ਹੈ, ਸਟੇਨਲੈਸ ਸਟੀਲ ਦੇ ਨਾਲ ਵਧੀਆ ਜਿਹੜਾ ਪੱਥਰ ਦਾ ਕੰਮ ਹੋਇਆ, ਇੱਥੇ ਡਬਲ ਮੋਲਡਿੰਗ ਦੇ ਨਾਲ ਸਾਰਾ ਇੱਥੇ ਪੱਥਰ ਲੱਗਿਆ। ਔਰ ਰੇਲਿੰਗ ਜਿਹੜੀ ਸਟੇਨਲੈਸ ਸਟੀਲ ਦੀ ਵਧੀਆ ਡਿਜ਼ਾਈਨ ਦੇ ਵਿੱਚ ਪ੍ਰੋਵਾਈਡ ਕਰਵਾਈ ਗਈ ਹੈ। ਕਾਫੀ ਸਪੇਸਿਸ ਜਿਹੜੀ ਬਾਲਕੋਨੀ ਇੱਥੇ ਪ੍ਰੋਵਾਈਡ ਕਰਵਾਈ ਗਈ, ਤੁਸੀਂ ਦੇਖ ਸਕਦੇ ਹੋ। ਆ ਜਿਹੜਾ ਰੂਮ ਇੱਥੇ ਪ੍ਰੋਵਾਈਡ ਕਰਵਾਇਆ ਗਿਆ ਫਸਟ ਫਲੋਰ ਦੇ ਉੱਤੇ, ਕਾਫੀ ਵਾਈਡ ਇਹ ਜਿਹੜਾ ਬੈਡਰੂਮ ਹੈ, ਲਗਭਗ ਇਹਦੀ ਡਾਈਮੈਂਸ਼ਨ ਜਿਹੜੀ 18x11 ਔਰ 12 ਦੇ ਲਗਭਗ ਜਿਹੜੀ ਦੀ ਡਾਈਮੈਂਸ਼ਨ ਹੈ। ਔਰ ਨਾਲ ਇਹਦੇ ਜਿਹੜਾ ਵਾਸ਼ਰੂਮ ਵੀ ਪ੍ਰੋਵਾਈਡ ਕਰਵਾਇਆ ਗਿਆ, ਕਾਫੀ ਸਪੇਸੀਅਸ ਸਾਫ਼ ਸੁਥਰਾ ਜਿਹੜਾ ਵਾਸ਼ਰੂਮ ਹੈ ਜਿਹੜਾ ਇਹਦੇ ਨਾਲ ਦਿੱਤਾ ਗਿਆ। ਨਾਲ ਹੀ ਸੇਮ ਥੱਲੇ ਦੀ ਤਰ੍ਹਾਂ ਇੱਥੇ ਜਿਹੜੀ ਕਿਚਨ ਪ੍ਰੋਵਾਈਡ ਕਰਵਾਈ ਗਈ ਹੈ L ਟਾਈਪ ਪਲੇਟਫਾਰਮ ਦੇ ਨਾਲ, ਕਾਫੀ ਵਾਈਡ ਜਿਹੜੀ ਸਪੇਸੀਅਸ ਜਿਹੜੀ ਇਹ ਕਿਚਨ ਹੈ। ਅੱਠ ਮਰਲੇ ਦੀ ਲਗਭਗ ਇਹ ਪ੍ਰੋਪਰਟੀ ਹੈ, 207 ਵਾਲੇ ਮਰਲੇ ਦੀ। ਔਰ ਕੱਲ੍ਹ ਨੂੰ ਪ੍ਰੋਪਰਟੀ ਤੁਸੀਂ ਰੈਂਟ ਆਊਟ ਜਿਹੜਾ ਫਸਟ ਫਲੋਰ ਕਰਨਾ ਹੋਵੇ, ਰੂਮ ਦੀ ਸੁਵਿਧਾ, ਵਾਸ਼ਰੂਮ ਦੀ ਸੁਵਿਧਾ, ਆਪਣੀ ਬਾਲਕੋਨੀ ਦੀ ਸੁਵਿਧਾ, ਔਰ ਨਾਲ ਇੱਥੇ ਕਿਚਨ ਜਿਹੜੀ ਕਾਫੀ ਵੱਡੀ ਦਿੱਤੀ ਗਈ ਹੈ। ਔਰ ਕਾਫੀ ਜਿਹੜਾ ਟੈਰਸ ਦਾ ਏਰੀਆ ਇੱਥੇ ਜਿਹੜਾ ਪ੍ਰੋਵਾਈਡ ਕਰਵਾਇਆ ਗਿਆ। 3 BHK ਪ੍ਰੋਪਰਟੀ ਹੈ, ਈਸਟ ਫੇਸਿੰਗ ਇਹ ਪ੍ਰੋਪਰਟੀ ਹੈ। ਜੈਨੂਅਨ ਪ੍ਰਾਈਸ ਜਿਹੜਾ ਇਹਦਾ ਫਿਕਸ ਹੈ, ਉਹ ਓਨਰ ਵੱਲੋਂ ਜਿਹੜਾ 34 ਲੱਖ ਰੁਪਇਆ ਰੱਖਿਆ ਗਿਆ। ਜਿਹੜੇ ਵੀਰ ਵੀ ਮੇਰੇ ਇੰਟਰਸਟਡ ਹੈ, ਉਹ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੈ। ਇਸ ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਕਿਸੇ ਵੀ ਤਰੀਕੇ ਦੀ ਪ੍ਰੋਪਰਟੀ ਸੇਲ ਕਰਨੀ ਹੋਏ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਜ਼ਰੂਰ ਕਰਨਾ। ਧੰਨਵਾਦ ਜੀ।